ਤੁਸੀਂ ਦੇਖ ਸਕਦੇ ਹੋ ਇੱਕ ਘਰਵੇ ਤੇ ਬਾਹਰ ਲਿਖਿਆ ਹੈ ਕਿ ਇਹ ਕਰਵਕਾਉ ਹੈ ਕੈਂਸਰ ਪੀੜਤ ਮਾਤਾ ਦੇ ਇਲਾਜ ਲਈ ਸਭ ਤੋਂ ਵੱਡੀ ਤਰਾਸਦੀ ਦੀ ਗੱਲ ਹੈ ਕਿ ਪੰਜਾਬ ਵਿੱਚ ਜਿਹੜਾ ਕੈਂਸਰ ਹੈ ਪੂਰੀ ਤਰ੍ਹਾਂ ਪੈਰ-ਪਸਾਰ ਚੁੱਕਾ ਤੇ ਲੋਕ ਜਿਹੜੇ ਉਹ ਖਰਚਾ ਨਹੀਂ ਕਰ ਪਾਉਂਦੇ ਤੇ ਉਹਨਾਂ ਨੂੰ ਆਪਣੇ ਘਰ ਤੱਕ ਵਿਚਨੇ ਪੈ ਰਹੇ ਨੇ ਸਰਕਾਰਾਂ ਵਾਅਦੇ ਕਰਦੀਆਂ ਨੇ ਵੀ ਲਾਜ਼ ਫਰੀ ਹੋਗਾ ਲੇਕਿਨ ਲੋਕਾਂ ਦੇ ਘਰ ਤੱਕ ਵਿਕ ਰਹੇ ਨੇ ਅਸੀਂ ਇੱਥੇ ਪਹੁੰਚਿਆ ਮਹਿਮਾ ਸਰਜਾ ਪਿੰਡ ਦੇ ਵਿੱਚ ਜਿੱਥੇ ਉਹਨਾਂ ਨੂੰ ਲਿਖਿਆ ਗਿਆ ਸੀ ਵੀ ਕੈਂਸਰ ਦਾ ਇਲਾਜ ਲਈ ਮਾਤਾ ਦੇ ਲਈ ਕਰਵਕਾਉ ਕੀਤਾ ਗਿਆ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਇੱਕ ਟ੍ਰੇਨ ਜਿਹੜੀ ਬਠਿੰਡਾ ਵਿਖੇ ਕੈਂਸਰ ਟ੍ਰੇਨ ਵੀ ਬਣੀ ਸੀ ਵੀ ਟ੍ਰੇਨ ਲਈ ਕੈਂਸਰ ਦੇ ਮਰੀਜ਼ ਜਿਹੜੇ ਉਹ ਜਾਂਦੇ ਸੀ ਤੇ ਲੇਕਿਨ ਸਰਕਾਰਾਂ ਵੱਲੋਂ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਇੱਥੇ ਕਈ ਪਿੰਡੋਜ਼ ਨੇ ਇਸ ਰਸਤੇ ਵੀ ਹੁਣੇ ਹਟ ਗਏ ਸੀ ਕਿਉਂਕਿ ਕੈਂਸਰ ਨੇ ਪੈਰੇ ਨੇ ਪਸਾਰੇ ਹੋਏ ਸੀ ਸਾਡਾ ਮਾਤਾ ਜੀ ਨੇ ਸ਼ਹੀਦ ਅਮਰਦੀਪ ਸਿੰਘ ਦੇ ਮਾਤਾ ਜੀ ਮਾਤਾ ਜੀ ਕਿਸ ਤਰ੍ਹਾਂ ਤੁਹਾਨੂੰ ਜਿਹੜਾ ਕੈਂਸਰ ਦੀ ਬਿਮਾਰੀ ਤੋਂ ਤੁਸੀਂ ਪੀੜਤ ਹੋ ਤੇ ਕਿੰਨਾ ਚਿਰ ਹੋ ਗਿਆ ਹਾਂਜੀ 8 ਸਾਲ ਹੋ ਗਏ ਜੀ ਕੈਂਸਰ ਦੀ ਪ੍ਰੋਬਲਮ ਚੱਲੀ ਜਾਂਦੀ ਹਾਂ 7-8 ਪ੍ਰੈਸ਼ਨ ਹੋ ਗਏ ਮੇਰੇ ਹਾਂਜੀ ਜੈਪੁਰ ਤੇ ਕਨਪੁਰ ਤੋਂ ਦੋਨੇ ਪਾਸੇ ਤੋਂ ਮੇਰਾ ਲਾਅ ਚੱਲਿਆ ਪ੍ਰੇਸ਼ਨ ਹੋਈ ਆ ਮੇਰੇ ਉਹ ਤੋਂ ਬਾਅਦ ਗੱਲ ਕਰੀਏ ਕੈਂਸਰ ਦੀ ਬਿਮਾਰੀ ਤੋਂ ਇੱਕ ਤਾਂ ਲਾਅ ਸੀ ਕਿੰਨਾ ਖਰਚਾ ਹੋਇਆ ਅੱਜ ਤੱਕ ਖਰਚਾ ਹੋ ਚੁੱਕਾ ਕਿਉਂਕਿ ਤੁਸੀਂ ਆਪਣੇ ਮਾਪਿਆਂ ਦੇ ਘਰ ਆ ਕੇ ਰਹਿ ਰਹੇ ਹੋ ਤੇ ਪਹਿਲਾਂ ਤੁਸੀਂ ਕਿਤੇ ਸੀ ਲਾਅ ਚੱਲਦਾ ਰਿਹਾ ਤੇ ਹੁਣ ਇੰਨਾ ਖਰਚਾ ਚੱਕਣ ਦੇ ਲਈ ਮਾਪੇ ਉਹ ਵੀ ਅਸਮਰਥ ਨਹੀਂ ਕਿਉਂਕਿ ਉਹ ਵੀ ਕਹਿੰਦੇ ਖਰਚਾ ਨਹੀਂ ਚੱਕ ਸਕਦੇ ਲੇਕਿਨ ਇਹ ਬਿਮਾਰੀ ਕਦੋਂ ਤੁਹਾਨੂੰ ਲੱਗੀ ਤੇ ਕਿੰਨੇ ਦੇਹ ਤੋਂ ਤੁਸੀਂ ਇਸ ਬਿਮਾਰੀ ਨਾਲ ਜਿਹੜਾ ਲੜ ਰਹੇ ਹੋ ਹਾਂਜੀ 8 ਸਾਲ ਤੋਂ ਲੱਗੀ ਆ ਬਿਮਾਰੀ ਤਾਂ ਜੀ ਇਹ ਮੈਨੂੰ ਕਿਉਂਕਿ ਪਹਿਲਾ ਵਿਆਹ ਹੀ ਸੀ ਉੱਥੋਂ ਮੈਨੂੰ ਸਹਰਿਆਂ ਨੇ ਘਰੋਂ ਕੁੱਟ ਮਾਰ ਕੇ ਕੱਢਤਾ ਸੀਗਾ। ਯਾਨੀ ਕਿ ਮੇਨਾਂ ਨਾਨ ਨੰਦੋਈਏ ਨੇ ਕਟਵਾ ਕੇ ਘਰੋਂ ਕਢਾਤਾ ਸੀ ਮੈਨੂੰ। ਉਸ ਤੋਂ ਬਾਅਦ ਮੈਂ Rajasthan ਰਹੀ ਆਂਗੀ ਮਟਿੱਲੀ ਮੰਡੀ। ਉੱਥੇ ਮੇਰਾ ਇਲਾਜ ਚੱਲਿਆ। ਹੁਣ 4 ਸਾਲ ਹੋ ਗਏ ਮਾਦੇ ਪਾਪਾ ਕੋਲ ਹੀ ਆਂਗੀ। ਤੇ ਉੱਥੋਂ ਮੇਰਾ ਤਲਾਕ ਵੀ ਨਹੀਂ ਹੋਇਆਗਾ ਤੇ ਮੈਂ ਮਾਦੇ ਪਾਪਾ ਕੋਲੇ ਬੈਠੀ ਆ ਹੁਣ। ਕਿਉਂਕਿ ਮੇਰੇ ਪਾਪਾ ਹੀ ਮੇਰਾ ਇਲਾਜ ਕਰਾਈ ਜਾਂਦਾ ਹੁਣ ਘਰ ਦੇ ਹਾਲਾਤ ਮਾੜੇ ਐ ਤੇ ਪਾਪਾ ਘਰ ਵੇਚਣ ਦੀ ਖਾਤਰ ਘਰ ਹੋਇਆ ਵੀ ਮੇਰਾ ਇਲਾਜ ਹੋਉਂ ਜੇ। ਬਿਲਕੁਲ ਦੇਖੋ ਉਹਨਾਂ ਤੋਂ ਡਿਕਰ ਰੋਏ ਰੋ ਰਹੀ ਨਹੀਂ ਤੇ ਲੇਕਿਨ ਉਹਨਾਂ ਦੇ ਹੱਥ 'ਚ ਉਹਨਾਂ ਦੇ ਬੇਟੇ ਦੀ ਫੋਟੋ ਸ਼ਹੀਦ ਅਮਰਦੀਪ ਸਿੰਘ ਲੇਕਿਨ ਦੱਸ ਦੇਈਏ ਕਿ ਉਹ ਵੀ ਸ਼ਹੀਦ ਹੋ ਚੁੱਕੇ ਨਹੀਂ ਕਿਉਂਕਿ ਪੂਰਾ ਜਿਹੜਾ ਮਾਣੂ ਸਾਰਾ ਮੁੰਡੇ ਦਾ ਵੀ ਹੁੰਦਾ ਲੇਕਿਨ ਉਹ ਵੀ ਸਾਰਾ ਨਹੀਂ ਮਿਲਿਆ ਕਿੰਨੇ ਬੇਟੇ ਨੇ ਤੇ ਕਦੋਂ ਸ਼ਹੀਦ ਹੋਏ ਸੀਗੇ ਕਦੋਂ ਦੀ ਇਹ ਗੱਲ ਹੈ ਵੀ ਜਦੋਂ ਸ਼ਹੀਦ ਹੋਏ ਸੀ ਤੁਹਾਡਾ ਨਾ ਆਖਰੀ ਗੱਲ ਕਦੋਂ ਹੋਈ ਸੀ ਦੋ ਦਿਨ ਪਹਿਲਾਂ ਹੀ ਗੱਲ ਹੋਈ ਸੀ ਜੀ 18 ਚ ਪੜਤੀ ਹੋਇਆ 2018 ਚ 21 ਚ ਸ਼ਹੀਦ ਹੋਇਆ 25 ਅਪ੍ਰੈਲ ਨੂੰ ਸ਼ਹੀਦ ਹੋਇਆਗਾ ਤੇ ਉਹਦੋਂ 4-5 ਦਿਨ ਪਹਿਲਾਂ ਬਸ ਮੇਰੀ ਗੱਲ ਹੋਈ ਆ ਇਹਦੇ ਨਾਲ 2-3 ਦਿਨ ਪਹਿਲਾਂ ਗੱਲ ਹੋਈ ਹੈਗੀ ਹਾਂਜੀ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਇਹ ਮੰਗ ਕਰਦੀ ਆਂ ਵੀ ਮੇਰਾ ਇਲਾਜ ਹੋ ਜੇ ਤੇ ਜਿਹੜਾ ਮੈਨੂੰ ਨਨ ਨਨ ਦੋਈਏ ਨੇ ਮਾਰੀ ਲਖਾਇਆ ਗਾ ਵੀ ਅਮਰਦੀਪ ਦੀ ਮਾਂ ਮਰੀ ਹੈ ਮੈਂ ਜਿਉਂਦੀ ਬੈਠੀ ਆ ਕਿਉਂਕਿ ਮੈਂ ਮਰੀ ਨਹੀਂਗੀ ਮੈਂ ਇਹ ਇਨਸਾਫ਼ ਮੰਗਦੀ ਆ ਤੇ ਮੈਂ ਆਪਣੀ ਬੇਟੀ ਚਾਹਣੀ ਆ ਵੀ ਮੈਨੂੰ ਮੇਰੀ ਬੇਟੀ ਵਾਪਸ ਮਿਲ ਜੇ ਧੋਪੂ ਆ ਫੱਪੜ ਕੋਲੇ ਹੈਗੀ ਉਹ ਮੈਨੂੰ ਗੱਲ ਵੀ ਨਹੀਂ ਕਰਨ ਦਿੰਦੇ ਜੋ ਦਿਨ ਸਿਸਕਾਰਤੀ ਗਈ ਸੀ ਤੇ ਤਾਂ ਵੀ ਮੇਰੇ ਮਾਪਿਓ ਨਾਲ ਵੀ ਉੱਥੋਂ ਭਾਈ ਕੀਤੀ ਉਹਨਾਂ ਨੇ ਤੇ ਮੈਨੂੰ ਵੀ ਸਰਪੰਚ ਨੇ ਮੂੰਹ ਨਹੀਂ ਦੇਖਣ ਦਿੱਤਾ ਇਹ ਕਹਤਾ ਮੀ ਤੂੰ ਆ ਸਾਹਮਣੇ ਨਹੀਂ ਕਿਉਂਕਿ ਐਨਾਕੀ ਵੀ ਮੈਂ ਅਮਰਦੀਪ ਦੀ ਮਾਂ ਆਂਗੀ ਕਿਉਂਕਿ ਮੈਂ ਉਹਨੂੰ ਪੁੱਛਿਆ ਵੀ ਕਿਉਂ ਨਾ ਮੈਂ ਸਾਹਮਣੇ ਮਾਂ ਆਂਗੀ ਐ ਨਹੀਂ ਹੈ ਕਿ ਤੂੰ ਸਾਹਮਣੇ ਨਹੀਂ ਆਉਣਾ ਬਸ ਤੂੰ ਮੂੰਹ ਦੇਖ ਕੇ ਮੁੜ ਜੀਂ ਨਹੀਂ ਆਉਣਾ ਕਿਉਂਕਿ ਉਹਨਾਂ ਨੇ ਮੈਨੂੰ ਮਰੀ ਲਖਾਇਆਗਾ ਸਿਰਫ ਪੈਸਿਆਂ ਦੇ ਮਾਰਿਆ ਨੇ ਮੈਂਮਾ ਸਰਜਾ ਤੋਂ ਦੇਵਰਾਣ ਸ਼ਰਮਾ ਜੀ ਮੀਡੀਆ